ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਗੁਲਸ਼ਨ ਬਾਲਾ ਜੀ ਐਜੂਕੇਸ਼ਨ ਪੁਆਇੰਟ ਤੇ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ। ਦੋਸਤੋ, ਅੱਜ ਆਪਾਂ ਜੋ ਟੌਪਿਕ ਤੇ ਗੱਲ ਕਰਨ ਜਾ ਰਹੇ ਹਾਂ ਉਹ ਸਟੈਟਿਕ ਜੀਕੇ ਦਾ ਇੱਕ ਬਹੁਤ ਹੀ ਵਧੀਆ ਟੌਪਿਕ ਹੈ ਤੇ PSPCL ਦੇ ਵਿੱਚ ਉਹਦੇ ਉੱਤੇ ਇੱਕ ਨੰਬਰ ਦਾ ਕੁਐਸਚਨ ਆਣਾ ਹੀ ਹੁੰਦਾ ਹੈ, ਉਹ ਹੈ ਟਰਮਸ ਰਿਲੇਟਡ ਟੂ ਸਪੋਰਟਸ। ਠੀਕ ਹੈ ਦੋਸਤੋ, ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ। ਤਾਂ ਪਹਿਲਾ ਸਪੋਰਟਸ ਹੈ ਆਪਣੇ ਕੋਲ ਬੈਡਮਿੰਟਨ। ਬੈਡਮਿੰਟਨ ਦੇ ਵਿੱਚ ਯੂਜ਼ ਹੋਣ ਵਾਲੀਆਂ ਟਰਮਸ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ। ਪਹਿਲੀ ਟਰਮ ਹੈ ਸ਼ਟਲ ਕੋਕ, ਜੋ ਆਪਾਂ ਬੈਡਮਿੰਟਨ ਜਾਂ ਪੰਜਾਬੀ ਵਿੱਚ ਆਪਾਂ ਕਹਿ ਲਈਏ ਚਿੜੀ ਬੱਲਾ ਖੇਡਦੇ ਹਾਂ, ਉਸ ਵਿੱਚ ਵਰਤੀ ਜਾਣ ਵਾਲੀ ਜੋ ਚਿੜੀ ਹੈ ਉਹਨੂੰ ਇੰਗਲਿਸ਼ ਵਿੱਚ ਸ਼ਟਲ ਕੋਕ ਕਿਹਾ ਜਾਂਦਾ ਹੈ। ਡਬਲ, ਡਰੋਪ, ਲੈਟ, ਫੋਲਟ, ਜਿੱਥੇ ਆਪਾਂ ਬੈਡਮਿੰਟਨ ਖੇਡਦੇ ਹਾਂ ਉਸ ਜਗ੍ਹਾ ਨੂੰ ਕੋਰਟ ਕਿਹਾ ਜਾਂਦਾ ਹੈ। ਡਿਊਸ, ਸਮੈਸ਼, ਨੈੱਟ, ਲਵ, ਜਦੋਂ ਕਿਸੇ ਖਿਡਾਰੀ ਦੇ ਪੁਆਇੰਟ ਜ਼ੀਰੋ ਹੋਣ ਤਾਂ ਉਹਨੂੰ ਲਵ ਕਿਹਾ ਜਾਂਦਾ ਹੈ। ਸਰਵਿਸ, ਸਰਵਿਸ ਲਾਈਨ, ਡਿਊਸ, ਜਦੋਂ ਦੋ ਪਲੇਅਰਾਂ ਦੇ ਪੁਆਇੰਟ ਸੇਮ ਹੋ ਜਾਣ ਤਾਂ ਉਸਨੂੰ ਡਿਊਸ ਕਿਹਾ ਜਾਂਦਾ। ਠੀਕ ਹੈ ਜੀ, ਅੱਗੇ ਵੱਧਦੇ ਹਾਂ। ਅੱਗੇ ਆਪਣੇ ਕੋਲ ਬਾਸਕਟਬੋਲ, ਬਾਸਕਟਬੋਲ ਦੇ ਵਿੱਚ ਯੂਜ਼ ਹੋਣ ਵਾਲੀ ਟਰਮਸ ਨੇ ਕੋਮਨ ਫੋਲਟ, ਟੈਕਨੀਕਲ ਫੋਲਟ, ਅੰਡਰ ਹੈਡ, ਫਰੀ ਥਰੋ, ਓਵਰ ਥਰੋ। ਅੱਗੇ ਆਪਣੇ ਕੋਲ ਬੇਸਬੋਲ, ਬੇਸਬੋਲ ਜਿੱਥੇ ਖੇਡਿਆ ਜਾਂਦਾ ਉਸ ਜਗ੍ਹਾ ਨੂੰ ਡਾਇਮੰਡ ਕਿਹਾ ਜਾਂਦਾ, ਕਿਉਂਕਿ ਜੋ ਬੇਸਬੋਲ ਹੈ ਉਹ ਇੱਕ ਡਾਇਮੰਡ ਵਰਗੀ ਜਗ੍ਹਾ 'ਤੇ ਖੇਡਿਆ ਜਾਂਦਾ। ਉਰੇ ਸੈਂਟਰ ਤੋਂ ਇੱਕ ਬੰਦਾ ਇੱਧਰ ਨੂੰ ਗੇਂਦ ਪਾਉਂਦਾ, ਉਰੇ ਬੈਟਮੈਨ ਹੁੰਦਾ, ਉਰੇ ਬੋਲਰ ਹੁੰਦਾ। ਠੀਕ ਹੈ ਜੀ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕ੍ਰਿਕਟ ਵਿੱਚ ਸਿਕਸਰ ਮਾਰਿਆ, ਉਵੇਂ ਹੀ ਬੇਸਬੋਲ ਵਿੱਚ ਹੁੰਦਾ ਹੋਮ ਰਨ, ਜਦੋਂ ਬੈਟਮੈਨ ਬੋਲ ਨੂੰ ਦੂਰੀ 'ਤੇ ਸਭ ਤੋਂ ਜ਼ਿਆਦਾ ਦੂਰੀ 'ਤੇ ਭੇਜ ਦਿੰਦਾ ਅਤੇ ਪੂਰੇ ਗਰਾਊਂਡ ਦੇ ਇੱਕ ਚੱਕਰ ਲਗਾ ਕੇ ਆਪਣੀ ਜਗ੍ਹਾ 'ਤੇ ਵਾਪਸ ਆ ਜਾਂਦਾ ਤਾਂ ਉਸ ਨੂੰ ਹੋਮ ਰਨ ਕਿਹਾ ਜਾਂਦਾ। ਇਸ ਤੋਂ ਇਲਾਵਾ ਬੇਸਬੋਲ ਵਿੱਚ ਹੁੰਦਾ ਬੰਟਿੰਗ, ਪਿਚਿੰਗ, ਪਿਚਰ, ਡਾਇਮੰਡ, ਸਟ੍ਰਾਈਕ, ਥਰੋ, ਬੇਸ ਰਨਰ, ਪੁੱਟ ਆਊਟ। ਜਦੋਂ ਬੈਟਮੈਨ ਬੋਲ ਨੂੰ ਹਿੱਟ ਨਹੀਂ ਕਰ ਪਾਉਂਦਾ ਤਾਂ ਉਹਨੂੰ ਸਟ੍ਰਾਈਕ ਕਿਹਾ ਜਾਂਦਾ। ਤਿੰਨ ਸਟ੍ਰਾਈਕ ਤੋਂ ਬਾਅਦ ਤੁਹਾਨੂੰ ਆਊਟ ਕਰ ਦਿੱਤਾ ਜਾਂਦਾ। ਇਸ ਤੋਂ ਬਾਅਦ ਹੈ ਜੀ ਆਪਣੇ ਕੋਲ ਐਥਲੈਟਿਕਸ। ਐਥਲੈਟਿਕਸ ਜਿੱਥੇ ਖੇਡਿਆ ਜਾਂਦਾ ਉਸਨੂੰ ਟਰੈਕ ਜਾਂ ਫੀਲਡ ਕਿਹਾ ਜਾਂਦਾ। ਐਥਲੈਟਿਕਸ ਵਿੱਚ ਹੁੰਦਾ ਰਿਲੇ, ਸਪ੍ਰਿੰਟ, ਹਰਡਲਸ, ਹਾਈ ਜੰਪ, ਲੌਂਗ ਜੰਪ, ਟ੍ਰਿਪਲ ਜੰਪ, ਹੈਮਰ ਥਰੋ, ਸ਼ੋਰਟ ਪੁੱਟ। ਠੀਕ ਹੈ ਜੀ, ਰਿਲੇ, ਮੰਨ ਲਓ ਆਪਣੇ ਕੋਲ 400 ਮੀਟਰ ਦੀ ਰੇਸ ਹੈ ਅਤੇ ਇਸ 400 ਮੀਟਰ ਦੀ ਰੇਸ ਨੂੰ ਦੋ ਬੰਦੇ ਦੌੜ ਰਹੇ ਨੇ ਤਾਂ ਉਹ 200 ਮੀਟਰ ਦੌੜਨਗੇ। ਠੀਕ ਹੈ ਜੀ, ਸਪ੍ਰਿੰਟ, 100 ਮੀਟਰ ਦੀ ਸਿੱਧੀ ਰੇਸ, 100 ਮੀਟਰ ਜਾਂ 200 ਮੀਟਰ ਦੀ ਰੇਸ ਨੂੰ ਸਪ੍ਰਿੰਟ ਕਿਹਾ ਜਾਂਦਾ। ਹਰਡਲਸ, ਹਰਡਲਸ ਦਾ ਮਤਲਬ ਹੋਇਆ ਰੁਕਾਵਟ, ਜਦੋਂ ਭੱਜਦੇ ਸਮੇਂ ਰਸਤੇ ਵਿੱਚ ਰੁਕਾਵਟਾਂ ਰੱਖੀਆਂ ਹੋਣ ਅਤੇ ਉਹਨਾਂ ਨੂੰ ਪਾਰ ਕਰਨਾ ਪਵੇ ਤਾਂ ਉਸਨੂੰ ਹਰਡਲ ਰੇਸ ਕਿਹਾ ਜਾਂਦਾ। ਹਾਈ ਜੰਪ, ਉੱਚੀ ਛਲਾਂਗ, ਲੌਂਗ ਜੰਪ, ਲੰਬੀ ਛਲਾਂਗ, ਟ੍ਰਿਪਲ ਜੰਪ, ਇੱਕੋ ਵਾਰ ਦੇ ਵਿੱਚ ਤੁਹਾਨੂੰ ਤਿੰਨ ਛਲਾਂਗਾਂ ਮਾਰਨੀਆਂ ਹੁੰਦੀਆਂ ਨੇ, ਇਸ ਨੂੰ ਟ੍ਰਿਪਲ ਜੰਪ ਕਿਹਾ ਜਾਂਦਾ। ਹੈਮਰ ਥਰੋ, ਇਹਦੇ ਵਿੱਚ ਕੀ ਹੁੰਦਾ, ਇੱਕ ਗੋਲ ਜੀ ਗੇਂਦ ਨੂੰ ਇੱਕ ਲੋਹੇ ਦੀ ਰੱਸੀ ਨਾਲ ਜਾਂ ਤਾਰ ਦੇ ਨਾਲ ਬੰਨਿਆ ਹੁੰਦਾ, ਇਸ ਨੂੰ ਤੁਹਾਨੂੰ ਗੋਲ ਗੋਲ ਘੁਮਾ ਕੇ ਦੂਰੀ 'ਤੇ ਫੈਂਕਣਾ ਹੁੰਦਾ। ਸ਼ੋਰਟ ਪੁੱਟ, ਸ਼ੋਰਟ ਪੁੱਟ ਨੂੰ ਸਿੰਪਲ ਕਿਹਾ ਜਾਂਦਾ ਗੋਲਾ ਫੈਂਕਣਾ। ਇਸ ਤੋਂ ਬਾਅਦ ਆਪਣੇ ਕੋਲ ਬਿਲੀਅਰਸ, ਬਿਲੀਅਰਸ ਦੇ ਵਿੱਚ ਹੁੰਦਾ ਬ੍ਰੇਕ, ਇਨੋਫ, ਜਿਗਰ, ਸਕਰੈਚ, ਕਿਊ, ਕਿਊ ਸਟਿੱਕ, ਕਿਊ ਬੋਲ, ਕੈਨਨ ਅਤੇ ਫਰੇਮ। ਇਸ ਤੋਂ ਬਾਅਦ ਜੀ ਆਪਣੇ ਕੋਲ ਬੋਕਸਿੰਗ, ਬੋਕਸਿੰਗ ਜਿੱਥੇ ਖੇਡੀ ਜਾਂਦੀ ਹੈ ਉਸ ਜਗ੍ਹਾ ਨੂੰ ਰਿੰਗ ਕਿਹਾ ਜਾਂਦਾ। ਇਸ ਤੋਂ ਇਲਾਵਾ ਇਸ ਵਿੱਚ ਹੁੰਦਾ ਰਾਊਂਡ, ਨੋਕਆਊਟ, ਇਸ ਤੋਂ ਬਾਅਦ ਹੁੰਦਾ ਪੰਚ, ਜੋ ਮੁੱਕਾ ਮਾਰਿਆ ਜਾਂਦਾ ਉਸਨੂੰ ਪੰਚ ਕਿਹਾ ਜਾਂਦਾ, ਹੁੱਕ, ਅਪਰਕੱਟ, ਜੈਬ। ਇਸ ਤੋਂ ਬਾਅਦ ਜੀ ਆਪਣੇ ਕੋਲ ਚੈਸ, ਚੈਸ ਵਿੱਚ ਹੁੰਦਾ ਮੂਵ, ਚੈੱਕ, ਚੈੱਕਮੇਟ, ਸਟੀਲਮੇਟ, ਰਿਜ਼ਾਈਨ, ਗੈਂਬਿਟ, ਰੁੱਕ, ਨਾਈਟ, ਬਿਸ਼ਪ ਅਤੇ ਪੌਨ। ਚੈਸ ਦੇ ਵਿੱਚ ਜੋ ਹਾਥੀ ਹੁੰਦਾ ਉਸਨੂੰ ਰੁੱਕ ਕਿਹਾ ਜਾਂਦਾ, ਜੋ ਘੋੜਾ ਹੁੰਦਾ ਉਸਨੂੰ ਨਾਈਟ ਕਿਹਾ ਜਾਂਦਾ, ਜੋ ਉੱਠ ਹੁੰਦਾ ਉਸਨੂੰ ਬਿਸ਼ਪ ਕਿਹਾ ਜਾਂਦਾ ਅਤੇ ਜੋ ਪਿਆਦਾ ਹੁੰਦਾ ਉਸਨੂੰ ਪੌਨ ਕਿਹਾ ਜਾਂਦਾ। ਇਸ ਵਿੱਚ ਆਪਣੇ ਕੋਲ ਚੈੱਕ, ਚੈੱਕਮੇਟ, ਸਟੀਲਮੇਟ, ਗੈਂਬਿਟ ਬਾਰੇ ਪੁੱਛਿਆ ਜਾ ਸਕਦਾ। ਅੱਗੇ ਹੈ ਜੀ ਆਪਣੇ ਕੋਲ ਸਾਈਕਲਿੰਗ, ਸਾਈਕਲਿੰਗ ਦੇ ਵਿੱਚ ਚਾਰ ਹੀ ਪੁਆਇੰਟ ਨੇ, ਪਹਿਲਾ ਟਰੈਕ ਰੇਸ, ਦੂਜਾ ਸਪ੍ਰਿੰਟ, ਥਰਡ ਵਨ ਇਜ਼ ਟਾਈਮ ਟ੍ਰਾਇਲ, ਫੋਰਥ ਹੈ ਪੁਆਇੰਟ ਰੇਸ।
इस तो बाद है जी अपने कोल फुटबॉल। फुटबॉल विच हुंदा है कॉर्नर किक, फॉल, हैट्रिक, थ्रो इन, टचडाउन, फ्री किक, ऑफ साइड, टाई ब्रेकर, ड्रॉप, डिफेंडर, पेनल्टी, ड्रिबल एंड गोल किक। जो मैनू इंपॉर्टेंट लगे, जो मैं लगे पेपर आ सकते हैं, वो वाल मैं इस साइड से स्टार मार्क करके लिख दिते। अगे है जी अपने कोल गोल्फ। गोल्फ विच हुंदा एस, ब्रीडी, बंकर, होल, टी, कैडी, लिंक्स, पुट, स्टिमिल, ईगल, पुटिंग द ग्रीन, बोगी। इस तो बाद जी अपने कोल हॉकी। हॉकी विच हुंदे ने बुल, सेंट्रल फॉरवर्ड, गोल, फ्री हिट, गोल लाइन, ऑफ साइड, स्टिक, स्कूप, शॉर्ट कॉर्नर, अंडर कटिंग, कैरी, ड्रिवर, पेनल्टी कॉर्नर, टच लाइन, टाई ब्रेकर, हैट्रिक, स्ट्राइकर, स्ट्राइकिंग सर्कल। अगे जी अपने कोल हॉर्स रेस। हॉर्स रेस विच जो बंदा रेस करता है उसनू जॉकी कहा जाता है। जिस जगह पर रेस होंदी है उसनू रेस कोर्स कहा जाता है। इस तो अलावा हॉर्स रेस विच हुंदा है स्टीपल चेस, पंटर, प्लेस, प्रोटेस्ट ते विन। अगे है जी अपने कोल शूटिंग। शूटिंग विच हुंदा बैग, बुलजाई, मेक मैनशिप, मार्क मैनशिप, प्लग, स्कीट, रैपिड फायर, फ्री पिस्टल, रेंज ते एयर राइफल। इस तो अलावा जी अपने कोल स्विमिंग। स्विम विच हुंदा एंकर, बैक स्ट्रोक, बॉटम, ब्रेस्ट स्ट्रोक, फॉल्स स्टार, फ्री स्टाइल, लेन लाइन, पैडल, पूल, क्रॉल ते स्ट्रोक। इस तो अलावा जी अपने कोल अगे टेनिस। टेनिस विच हुंदा स्मैश, क्रॉस कोर्ट, बैकहैंड, फोरहैड, स्लाइस, ड्यूस, गेम, एस, वॉली, सेट एंड सर्विस। अगे है जी अपने कोल टेबल टेनिस। टेबल टेनिस विच हुंदे ने स्मैश, ड्रॉप, ड्यूस, स्पिन ते लेट। वॉलीबॉल। वॉलीबॉल विच हुंदा है ब्लॉक, फ्री बॉल, ब्लॉकिंग, डबलिंग, वॉली, बूस्टर, ड्यूस, लव, सर्विस एंड स्पाइकर। ड्यूस एंड लव तो दो या तीन दे विच कॉमन ही है। अगे है जी वेट लिफ्टिंग। वेट लिफ्टिंग विच तीन ने बल्किंग, प्लेट एंड बार्स, स्नैच एंड जर्क, ये चार हो गए। अगे है जी अपने कोल रैसलिंग। रैसलिंग विच तीन ने फ्री स्टाइल, हाफ नैलसन एंड हीव। अगे जी अपने कोल कबड्डी। कबड्डी विच हुंदा कैंट, रेडर, रेड एंड स्टगलर। अगे जी खो खो। खो खो विच हुंदा चेजर, रनर, टू गिव खो, शोल्डर लाइन, पोल बाय, फोल एंड आउट। अगे रगबी। रगबी विच हुंदा ड्रॉप किक ते स्क्रीन, दो ही इच टर्म्स यूज हुंदे ने रगबी दे विच। पोलो दे विच यूज होने वाली टर्म्स ने बंडर, चकर ते मेल्ट। बोट रेस विच इको ही टर्म यूज हुंदी है कॉक्स। वीडियो देखने का थोड़ा बहुत बहुत धन्यवाद। जेकर तुसी वीडियो अरे तक देख ली है तो नीचे एक लाइक जरूर कर देना ते अपने कमेंट विच दसना कि थोनू वीडियो किस तरह की लगी। इस तो बाद जो अपनी नैक्सट वीडियो रहेगी वह रहेगी गेम्स दी ट्रॉफीज़ दे उपर, गेम्स दी ट्रॉफीज़ दे उपर। जेकर तुसी इस वीडियो का PDF डाउनलोड करना चाहते हो तो थोनू बालाजी एजुकेशन पॉइंट के टैलीग्राम ग्रुप में ज्वाइन करना पवेगा। वह लिंक मैं डिस्क्रिप्शन विच दे देवांगा।